ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਤੋਦਾ ਸਿੰਘ ਜੀ, ਸੀਨੀਅਰ ਅਕਾਲੀ ਆਗੂ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ, ਸੀਨੀਅਰ ਅਕਾਲੀ ਆਗੂ ਸਰਦਾਰ ਮਹੇਸ਼ ਜੀ ਗਰੇਵਾਲ ਸਾਹਿਬ, ਸਰਦਾਰ ਮਲਤਾਰ ਸਿੰਘ ਜੀ ਬਰਾੜ ਸਾਹਿਬ, ਰਮਾਣਾ ਜੀ ਸੂਬਾ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਤੇ ਸਾਹਮਣੇ ਬੈਠੀ ਗੁਰੂ ਰੂਪ ਸਾਧ ਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸਮੁੱਚੀ ਸੰਗਤ ਜ਼ਿਲ੍ਹਾ ਫਰੀਦਕੋਟ ਦੀ ਨੂੰ ਵਧਾਈ ਵੀ ਦੇਣਾ ਕਿ ਬਹੁਤ ਵੱਡੀ ਗਿਣਤੀ ਚ ਅੱਜ ਤੁਸੀਂ ਆਪਣੇ ਰੋਸ ਦਾ ਮੁਜ਼ਾਹਰਾ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰ ਸੁਖਬੀਰ ਸਿੰਘ ਬਾਦਲ ਜੀ ਦੀ ਸੋਚ ਤੇ ਪਹਿਰਾ ਦੇਣ ਵਾਸਤੇ, ਰੋਸ ਜ਼ਾਹਰ ਕਰਨ ਵਾਸਤੇ ਅੱਜ ਸੁੱਤੀ ਪਈ ਕਾਂਗਰਸ ਸਰਕਾਰ ਨੂੰ ਜਗਾਉਣ ਵਾਸਤੇ ਤੁਸੀਂ ਸਾਰੇ ਕੰਮ ਕਾਰ ਛੱਡ ਕੇ ਬਹੁਤ ਵੱਡੀ ਗਿਣਤੀ ਚ ਪਹੁੰਚੇ ਹੋ, ਤਾਂ ਜੋ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ 3 ਸਾਲ ਤੋਂ ਸੁੱਤੀ ਪਈ ਹੈ, ਰਾਜ ਭਾਗ ਜਿਹੜਾ ਉਹ ਪ੍ਰਸ਼ਾਸਨ ਤੇ ਹੋਰ ਲੋਕ ਜਿਹੜੇ ਕਰ ਰਹੇ। ਅੱਜ ਮੈਂ ਸਮਝਦਾ ਕਿ ਤੁਸੀਂ ਉਹ ਰੋਸ ਵਜੋਂ ਬਹੁਤ ਵੱਡੀ ਗਿਣਤੀ ਚ ਆਏ ਹੋ ਤੇ ਪੰਜਾਬ ਦੇ ਜੋ ਹਾਲਾਤ ਹੈ ਇਸ ਵੇਲੇ, ਮੇਰਾ ਹਾਲ ਜਦੋਂ ਦਾ ਦੇਸ਼ ਯਾਦ ਹੋਇਆ 70 ਦੇ ਲਗਭਗ 71 ਦੇ ਸਾਲ ਹੋ ਗਏ ਤੇ ਉਹਦੀ ਰੇਸ਼ੋ ਜੇ ਕੱਢ ਲਈਏ ਤੇ ਸਭ ਤੋਂ ਵੱਧ ਪੀੜਤ ਪੰਜਾਬ ਇਸ ਵੇਲੇ 3.5 ਸਾਲਾਂ ਚ ਹੋਇਆ। ਚਾਹੇ ਉਹ ਕਿਸਾਨ ਵੀਰ ਹੈ, ਉਹਨਾਂ ਦੇ ਜੇਵਰ ਜਿੰਨੀਆਂ ਆਤਮ ਹੱਤਿਆ ਵੱਡੀ ਗਿਣਤੀ ਚ ਕੀਤੀਆਂ ਤੇ ਉਹ 3 ਸਾਲਾਂ ਦੇ ਵਿੱਚ। ਜੇ ਦਲਿਤ ਵੀਰ ਸਾਡਾ ਗਰੀਬ ਭਾਈਚਾਰਾ, ਅੱਜ ਲੱਖਾਂ ਹੀ ਬੱਚੇ ਸਕਾਲਰਸ਼ਿਪ ਨਹੀਂ ਆ ਸਕੀ, ਉਹ ਵਿਦਿਆ ਤੋਂ ਵਾਂਝੇ ਘਰਾਂ ਚ ਬੈਠੇ ਬੱਚੀਆਂ ਬੱਚੇ ਜਿਹੜੇ ਬਾਲ ਸਾਹਿਬ ਵੇਲੇ ਡਿਗਰੀਆਂ ਲੈ ਕੇ ਚੰਗੇ ਕਾਬਲ ਇਨਸਾਨ ਬਣ ਕੇ ਪੰਜਾਬ ਦੀ ਦੇਸ਼ ਦੀ ਸੇਵਾ ਵਾਸਤੇ ਉਹ ਜੀਵਨ ਦਾ ਹਿੱਸਾ ਪਾ ਰਹੇ ਸੀ, ਔਰ ਲੱਖਾਂ ਹੀ ਬੱਚੀਆਂ ਅੱਜ ਸ਼ਗਨ ਸਕੀਮ ਤੋਂ ਗਰੀਬਾਂ ਦੀਆਂ ਜਿਹੜੀਆਂ, ਜਿਹਨਾਂ ਨੂੰ ਬਾਦਲ ਸਾਹਿਬ ਨੇ ਕਿਹਾ ਕਿ ਮੇਰੀਆਂ ਬੇਟੀਆਂ, ਇਹਨਾਂ ਦੇ ਵਿਆਹ ਦਾ ਚਿੰਤਾ ਮੈਨੂੰ ਹੋਏਗੀ ਜਦੋਂ ਇਹਨਾਂ ਦਾ ਵਿਆਹ ਹੋਊਗਾ, ਤੁਸੀਂ 15-20 ਦਿਨ ਪਹਿਲਾਂ ਐਪਲੀਕੇਸ਼ਨ ਦੇ ਦਿਆ ਕਰੋ, 15-15 ਹਜ਼ਾਰ ਉਹ ਸਰਕਾਰ ਦੇ ਖਜ਼ਾਨੇ ਜੋ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਸਰਕਾਰ ਵੇਲੇ ਉਹ ਦਿੰਦੇ ਸਨ, ਅੱਜ ਉਹਨਾਂ ਤੋਂ ਵੀ ਵਾਂਝੇ ਹੋ ਗਏ। ਆਟਾ ਦਾਲ ਦੀ ਸਕੀਮ ਜਿਹੜੀ, ਕਦੇ ਗਰੀਬ ਨੂੰ ਕਿਲੋ ਦੇ ਆਟੇ ਦੇ ਰੇਟ ਦਾ ਨਹੀਂ ਪਤਾ, ਚੇਤਾ ਭੁੱਲ ਗਿਆ ਸੀ ਕਿ ਅੱਜ ਕੀ ਭਾਅ, ਅੱਜ ਉਹ ਜਾ ਕੇ ਲੈਣਾ ਜੋ ਵਿਚਾਰੇ ਕਿਲੋਆਂ ਦੇ ਹਿਸਾਬ ਨਾਲ ਲੈ ਰਹੇ ਆ। ਤੇ ਜਿੰਨਾ ਜ਼ੁਲਮ ਹੈ ਇਸ ਵੇਲੇ ਪੰਜਾਬ ਦੀ ਸੰਗਤ ਹੈ, ਮੇਰਾ ਹਰ ਮੁਗਲਾਂ ਵੇਲੇ ਵੀ ਨਹੀਂ ਇਸ ਤਰ੍ਹਾਂ ਹੋਇਆ, ਉਹ ਵੀ ਪਹਿਲਾਂ ਪੁੱਛਦੇ ਸੀ ਵੀ ਇਹਦਾ ਕਸੂਰ ਕੀ ਹੈ, ਅੱਜ ਉਹ ਪਰਚਾ ਕਰਨ ਤੋਂ ਬਾਅਦ ਜਾ ਕੇ ਪੁੱਛਦੇ ਆ, ਚੁੱਕ ਕੇ ਜਦੋਂ ਠਾਣੇ ਲੈ ਜਾਂਦੇ ਆ ਜਾਂ ਜੇਲ੍ਹ ਛੁੱਟ ਦਿੰਦੇ ਆ, ਉਦੋਂ ਕਹਿੰਦੇ ਗਏ ਐਸ ਕਰਕੇ ਤੈਨੂੰ ਲਿਆਂਦਾ ਕਿ ਤੂੰ ਸ਼੍ਰੋਮਣੀ ਅਕਾਲੀ ਦਲ ਜਾਂ ਬੀਜੇਪੀ ਦੇ ਉਮੀਦਵਾਰ ਵਜੋਂ ਚੋਣ ਲੜੀ, ਸਰਪੰਚੀ ਦੀ ਜਾਂ ਦੂਜੀ ਜਾਂ ਤੀਜੀ, ਇਹੋ ਜਿਹੀਆਂ ਹਰਕਤਾਂ ਕਰ ਰਹੇ। ਇਸ ਕਰਕੇ ਵੀਰੋ ਮੈਂ ਲੰਬਾ ਨਹੀਂ ਜਾਣਾ ਕਿਉਂਕਿ ਬੁਲਾਰੇ ਬਹੁਤ ਨੇ, ਪ੍ਰਧਾਨ ਸਾਹਿਬ ਨੇ ਬਹੁਤ ਡਿਟੇਲ ਨਾਲ ਬੋਲਣਾ, ਸੰਗਤ ਬਹੁਤ ਲੰਬੇ ਸਮੇਂ ਤੋਂ ਮੈਂ ਵੇਖ ਰਿਹਾ ਬੈਠੀ ਹੈ, ਜਿੱਥੇ ਮੈਂ ਸਾਡਾ ਸਾਰਿਆਂ ਦਾ ਧੰਨਵਾਦ ਕਰਦਾ, ਉੱਥੇ ਜਿਹੜਾ ਤੁਸੀਂ ਅੱਜ ਬਹੁਤ ਵੱਡੀ ਗਿਣਤੀ ਜਿਨ ਕਰਕੇ ਸਰਕਾਰ ਨੂੰ ਜਗਾਉਣ ਆਏ ਹੋ, ਤੁਹਾਡੇ ਆਉਣ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਜਿਹੜੇ ਉਹ ਬਣਨੇ ਨੇ ਮੁੱਖ ਮੰਤਰੀ ਬਣਾ ਦੇਣਾ ਤੁਸੀਂ ਅੱਜ ਸਾਬਤ ਕਰ ਲਿਆ। ਮੈਂ ਸੋਚ ਰਿਹਾ ਸੀ ਕਿ ਇਹ ਜਿਹੜੇ ਲੋਕ ਹੁਣ ਚੱਲ ਪੈਣ ਲਹਿਰ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਔਰ ਤੁਸੀਂ ਤਗੜਾ ਹੋ ਫੜਾਉਣਾ, ਫਿਰ ਸਾਰੀਆਂ ਖੁਸ਼ੀਆਂ ਸਹੂਲਤਾਂ ਜਿਹੜੀਆਂ ਚਾਹੇ ਉਹ ਗਰੀਬਾਂ ਨਾਲ ਸੰਬੰਧ ਰੱਖਦੀਆਂ, ਚਾਹੇ ਉਹ ਕਿਸਾਨੀ ਨਾਲ ਸੰਬੰਧ ਰੱਖਦੀਆਂ, ਚਾਹੇ ਉਹ ਮੁਲਾਜ਼ਮਾਂ ਨਾਲ,
ਵਪਾਰੀ ਨਾਲ ਔਰ ਸਾਰੀਆਂ ਦੀਆਂ ਸਾਰੀਆਂ ਫਿਰ ਪਹਿਲਾਂ ਹੀ ਪਲੈਨਿੰਗ ਸਾਰੇ ਸਾਲ ਸ਼ਬੀਰ ਸਿੰਘ ਬਾਦਲ ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸੀਨੀਅਰ ਲੀਡਰਸ਼ਿਪ ਜਿਹੜੀ ਇੱਥੇ ਬੈਠੀ ਬਣ ਬਣਾਉਣ ਦੇ ਵਾਸਤੇ ਇਹਨਾਂ ਨੇ ਡਿਊਟੀਆਂ ਵੀ ਲਾਈਆਂ ਨੇ। ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਕਾਂਗਰਸ ਸਰਕਾਰ ਦਾ ਇਸ ਵੇਲੇ ਟੀਚਾ ਕੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੀ ਜਿਹੜੇ ਸਾਡੇ ਜੋ ਗਏ ਨੇ ਆਸੇ ਪਾਸੇ ਉਹਨਾਂ ਨੂੰ ਵੀ ਉਹਨਾਂ ਹੀ ਚੱਕਿਆ ਤੇ ਜੇ ਆਹ ਥੋੜੀ ਬਹੁਤੀ ਜੀ ਬੀਜੇਪੀ ਦੀ ਚੱਲ ਰਹੀ ਤੇ ਵੀ ਉਹ ਚੱਕ ਰਹੀ ਵੀ ਫੈਨ ਪਾੜ ਪੁੜ ਕੇ ਸਾਡਾ ਦੂਜੇ ਵਾਰੀ ਫੇਰ ਦਲ ਲੱਗ ਜਾ। ਇਹ ਤਗੜੇ ਹੋ ਗਏ ਹੋਏ ਆਪਾਂ ਸ਼੍ਰੋਮਣੀ ਅਕਾਲੀ ਦਲ ਹੀ ਆ ਜਿਹੜਾ ਪੰਜਾਬ ਦੇ ਪੰਜਾਬੀਆਂ ਦੀ ਦੇਸ਼ ਦੀ ਸੁਰੱਖਿਆ ਵਾਸਤੇ ਦੇਸ਼ ਦੀ ਏਕਤਾ ਵਾਸਤੇ ਸੂਬੇ ਦੀ ਤਰੱਕੀ ਵਾਸਤੇ ਦੇਸ਼ ਦੀ ਤਰੱਕੀ ਵਾਸਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹੋ ਤੁਸੀਂ ਵੱਡੀਆਂ ਜੰਗਾਂ ਮੇਰੇ ਤੋਂ ਪਹਿਲਾਂ ਕਰ ਰਹੇ ਸੀ ਸੋਢੀ ਸਾਹਿਬ ਜਿਗਰ ਐਮਰਜੈਂਸੀ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਉਦੋਂ ਵੀ ਤੁਸੀਂ ਪੰਜਾਬ ਦੇ ਵਿੱਚੋਂ ਇੱਥੇ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਜਰਨੈਲ ਜਿਹੜੇ ਤੁਸੀਂ ਵਰਕਰ ਬੈਠੇ ਹੋ ਸਾਰੇ ਉਹ ਗਏ ਸੀ। ਹੁਣ ਵੀ ਜਿਹੜਾ ਉਹ ਕਾਂਗਰਸ ਨੂੰ ਸ਼ਾਇਦ ਭੁਲੇਖਾ ਕਿਹਾ ਸੀ ਇਹ ਪਾੜੇ ਪਾ ਕੇ ਇਹੋ ਜਿਹੀਆਂ ਗੱਲਾਂ ਕਰ ਜਾਂਗੇ। ਇਸ ਕਰਕੇ ਪ੍ਰਧਾਨ ਸਾਹਿਬ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇੰਨੇ ਕਾਬਲ ਤੇ ਵਧੀਆ ਤੇ ਇਨਸਾਨ ਮਿਲੇ ਨੇ ਜਿਹਨਾਂ ਦਾ ਸ਼ੌਂਕ ਹੈ ਜ਼ਿੰਦਗੀ ਦਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਜਿਸ ਤਰ੍ਹਾਂ ਬਾਦਲ ਸਾਹਿਬ ਨੇ ਸਾਰੀ ਉਮਰ ਸੇਵਾ ਲਈ ਲਾਈ ਹੈ ਉਸੇ ਤਰ੍ਹਾਂ ਹੀ ਇਹ ਵੀ ਪੰਜਾਬ ਦੇ ਤਰੱਕੀ ਵਾਸਤੇ ਪੰਜਾਬੀਆਂ ਲਈ ਗਰੀਬਾਂ ਦੀ ਚਾਨੀ ਦੀ ਗੱਲ ਲਈ ਸਾਰੇ ਵਰਗਾਂ ਦੀ ਆਉਣਗੇ। ਫਿਰ ਮੈਂ ਤੁਹਾਡਾ ਧੰਨਵਾਦ ਕਰਦਾ ਬਰਾੜ ਸਾਹਿਬ ਦਾ, ਰਮਾਣਾ ਸਾਹਿਬ ਦਾ, ਸੁਭਾ ਸਿੰਘ ਦਾ, ਸਾਰੀ ਲੋਕਲ ਜਿੰਨੀ ਇੱਥੇ ਸੀਨੀਅਰ ਲੀਡਰਸ਼ਿਪ ਆ ਫਰੀਦਕੋਟ ਦੀ ਜਿਨ੍ਹਾਂ ਨੇ ਪ੍ਰਬੰਧ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਏ ਨੇ, ਸਾਰੇ ਲੀਡਰਸ਼ਿਪ ਨੂੰ ਕਰਾਏ ਨੇ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ, ਸਾਬਕਾ ਮੰਤਰੀ, ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ, ਉਹ ਆ ਕੇ ਆਪਣੇ ਵਿਚਾਰ ਸਾਂਝੇ ਕਰਨਗੇ ਤੁਹਾਡੇ ਸਾਰਿਆਂ ਨਾਲ। ਮਹੇਸ਼ਿੰਦਰ ਸਿੰਘ ਜੀ ਗਰੇਵਾਲ, ਮੇਰੀ ਬੇਨਤੀ ਹੈ ਕਿ ਅਸੀਂ